सतगुरु जी की कृपा है। ये माता कौला जी, ओ माता कौला जी कोई आम स्त्री नहीं, ओ ब्रह्म ज्ञानन माए जेड़ी मां नू सतगुरु ने बहुत बहुत बड़ा नाम सत्कार दिता। वो सुखमनी साहिब का पाठ करन वाली, वो गुरबाणी का भजन करन वाली मां जिन्हें बाणी नहीं छड़ी, अपना परिवार छड़ दिता, प्यो छड़ दिता। अज के युग में कोई कर सकता एड्डी वड्डी कुरबानी? उस माता दे नाम नू दुनिया दे विच नहीं सी जानदे लोग के इतिहास की है उस मां दा। ओ दुनिया दे विच अज सारे वर्ल्ड दे विच माता कौला जी दीआं गल्लां हुंदीआं। ओ माता कौल, माता कौला जी, धन गुरु हरगोबिंद साहिब मीरी पीरी दे मालक बंदी छोड़, तख्तां वाले, ताजां वाले, बाजां वाले पातशाह, ढाडियां दे जन्मदाते, ढड सरंगी पहलां भी बजदी सी गलत थावां ते, उन्हां दे दरबार दे विच बजनी उन्हां तों शुरू होईए। ओ साहिब सुरू साहिब श्री गुरु हरगोबिंद साहिब जी महाराज दा जिन्हां ने प्यार लिया और साहिब दी कृपा। आओ प्यारे, ओ जिहड़ी टकसाल है उहदे जो बहुत वड्डे काम ने, ये जो लहरां चलाईआं साहिब जी बख्शिश कीती, बख्शिश तो बिना कुछ हो ही नहीं सकता, कुछ भी नहीं हो सकता। एक पासे ते आने पत्ता नहीं हिलदा, पर एडियां वड्डियां लहरां चलीआं। और खुशी है ਪਿਓ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਜਿਹੜੇ ਸਾਡੇ ਉਹ ਸਹਿਜਧਾਰੀ ਹਿੰਦੂ ਸਨਾਤਨ ਧਰਮ ਨੂੰ ਮੰਨਣ ਵਾਲੇ ਵੀਰ ਦੂਰ ਚਲੇ ਗਏ ਸੀ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਜ ਮੁੜ ਕੇ ਗੁਰੂ ਨਾਨਕ ਦੀ ਸਿੱਖੀ ਆਈ ਹੈ। ਮਹਾਰਾਜ ਕਿਰਪਾ ਕਰੇ, ਯਾਦ ਰੱਖਿਓ ਸੁਆਮੀ ਪਰਮਾਨੰਦ ਜੀ ਯੁਗ ਪੁਰਸ਼ ਨੇ, ਸਨਾਤਨ ਧਰਮ ਦੇ ਬਹੁਤ ਤਕੜੇ ਪ੍ਰਚਾਰਕ ਨੇ। ਕੁੰਭ ਦੇ ਮੇਲੇ ਉਹ ਤਾਂ ਉੱਤੇ ਉਹਨਾਂ ਬੋਲਿਆ ਨਹੀਂ ਵੀ ਸਿੱਖਾਂ ਦੇ ਇਕੱਠ ਵਿੱਚ, ਕੁੰਭ ਦੇ ਮੇਲੇ 'ਤੇ ਜਿੱਥੇ ਸਿੱਖਾਂ ਦਾ ਇਕੱਠ ਨਹੀਂ ਸੀ ਉੱਥੇ ਸਾਰੇ ਸਨਾਤਨ ਨੂੰ ਮੰਨਣ ਵਾਲੇ ਬੈਠੇ ਸਨ। ਕੀ ਕਹਿੰਦੇ? ਕਹਿੰਦੇ ਉਹ ਦੁਨੀਆਂ ਦੇ ਲੋਕੋ, ਦੇਸ਼ ਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ? ਇਸ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ? ਤੇ ਉਹੋ ਜਿਹਾ ਨਾ ਬਣਿਓ ਜਿਹੋ ਜਿਹਾ ਸ਼ੰਕਰਾ ਆਚਾਰੀਆਂ ਨੇ ਬਣਾਏ, ਉਹੋ ਜਿਹਾ ਨਾ ਬਣਿਓ ਜਿਹੋ ਜਿਹੇ ਬੁੱਧ ਨੇ ਬਣਾਏ, ਉਹੋ ਜਿਹਾ ਨਾ ਬਣਿਓ ਜਿਹੋ ਜਿਹੇ ਪਹਿਲਿਆਂ ਨੇ ਬਣਾਏ। ਇੱਥੋਂ ਤੱਕ ਕਹਿ ਦਿੱਤਾ ਉਹੋ ਜਿਹਾ ਵੀ ਨਾ ਬਣਿਓ ਜਿਹੋ ਜਿਹੇ ਮੈਂ ਬਣਾਉਣਾ, ਜੇ ਦੇਸ਼ ਬਚਾਉਣਾ ਉਹੋ ਜਿਹੇ ਬਣੋ ਜਿਹੋ ਜਿਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਣਾਏ ਨੇ। ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ? ਫਿਰ ਭੈਣ ਜੀ ਥੋੜ੍ਹੀ ਹੋਣੀ ਆ ਵੀ ਜੇ ਇੱਧਰ ਚਪੇੜ ਕੋਈ ਮਾਰ ਗਿਆ ਕਹਿ ਦੇ ਇੱਧਰ ਵੀ ਮਾਰ ਲਾ, ਇੱਦਾਂ ਦੇਸ਼ ਬਚ ਜੂ? ਉਹ ਸਰਹੱਦਾਂ ਉੱਤੇ ਚਰਖੇ ਡਾਇਆ, ਦੇਸ਼ ਨਹੀਂ ਬਚਿਆ। ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈਗੀ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਤੇ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਜਾਂ ਬਿੱਧ ਮਾਤਾ ਲਾੜੀ ਮਾਉ ਦੀ ਵਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਕਿਤੋਂ ਆਈ ਗੋਲੀ ਤੇ ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਇਹ ਪੰਜਾ ਨਦੀਆਂ ਦੀ ਧਰਤ ਹੈ ਜਾਗੀ ਉੱਤੇ, ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਏ। ਇੱਕੋ ਮਾਂ ਪੰਜਾਬਾਂ ਨੇ ਅਣਖ ਬਦਲੇ, ਜਿਹੜੀ ਪੁੱਤ ਮਰਵਾ ਕੇ ਵੀ ਹੱਸਦੀ ਏ। ਇਹਨਾਂ ਮਾਵਾਂ ਨੇ ਦੇਸ਼ ਦੇ ਲਈ ਪੁੱਤ ਵਾਰੇ। ਉਹ ਭਗਤ ਸਿੰਘ ਊਧਮ ਸਿੰਘ ਸਿੰਘ ਵਰਗੇ ਲਾਲ, ਅਤੇ ਉਹ ਤੋਂ ਵੀ ਪਿੱਛੇ ਚਲ ਜਾਈਏ ਨਾ, ਮੁਗਲਾਂ ਦੀ ਹਕੂਮਤ ਹੀ ਨਾ ਇੱਥੋਂ ਜਾਂਦੀ ਜੇ ਬਾਬਾ ਦੀਪ ਸਿੰਘ ਸਾਹਿਬ ਵਰਗੇ ਪ੍ਰਗਟ ਨਾ ਹੁੰਦੇ ਅਤੇ ਖੰਡੇ ਨਾ ਖੜਕਾਉਂਦੇ। ਇਹ ਖੂਨਦਾਨ ਕੈਂਪ ਹੈ ਨਾ, ਚੰਗੀ ਗੱਲ ਏ। ਉਹ ਸਾਡਾ ਖੂਨ ਉਂਝ ਨਾ ਡੋਲੋ, ਉਂਝ ਨਾ ਸਾਨੂੰ ਮਾਰੋ। ਅਸੀਂ ਤਾਂ ਇਸ ਦੇਸ਼ ਦੇ ਲਈ ਆਪਣਾ ਖੂਨ ਆਪ ਹੀ ਦਾਨ ਕਰਦੇ ਹਾਂ, ਆਪ ਹੀ ਦੂਜਿਆਂ ਲਈ ਖੂਨ ਦਾਨ ਦੇਣ ਦੇ ਲਈ। ਸਿੱਖ ਅੱਤਵਾਦੀ ਨਹੀਂ, ਸਿੱਖ ਵੱਖਵਾਦੀ ਨਹੀਂ, ਸਿੱਖ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਹੋ ਜਿਹਾ ਚਲਾਇਆ ਹੋਇਆ ਮਿਸ਼ਨ ਅਗਾਂਹ ਲੈ ਕੇ ਜਾ ਰਿਹਾ। ਸਿੱਖ ਤੇ ਭਾਵੇਂ ਕੋਈ ਹਿੱਕ ਦੇ ਵਿੱਚ ਗੋਲੀ ਵੀ ਮਾਰਿਆ, ਅਰਦਾਸ ਕਰਦਾ ਤੇ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਦੇ ਸਾਰਿਆਂ ਦਾ ਭਲਾ ਮੰਗਣ ਵਾਲੇ ਆ। ਇਹ ਤਾਂ ਗਲਤ ਪ੍ਰਚਾਰ ਕਰ ਦਿੱਤਾ ਲੋਕਾਂ ਨੇ। ਸਿੱਖ ਅਮਨ ਪਸੰਦ ਹੈ, ਕੌਣ ਕਹਿੰਦਾ ਵੀ ਸਿੱਖ ਨੰਗੇ ਸ਼ਸਤਰ ਧੂ ਕੇ ਕਿਸੇ ਦੇ ਗੜ ਪੈਂਦਾ ਹੀ ਜਾਣ ਬੁੱਝ ਕੇ ਕਿਸੇ ਨੂੰ ਮਾਰਦਾ? ਹਾਂ, ਜਦੋਂ ਕੋਈ ਬਿਨਾਂ ਵਜ੍ਹਾ ਸਾਡੇ ਧਰਮ ਦੇ ਵਿੱਚ ਦਖਲ ਦੇਵੇ, ਬਿਨਾਂ ਵਜ੍ਹਾ ਸਾਨੂੰ ਮਾਰੇ ਕੁਚਲੇ, ਤੇ ਫਿਰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ
ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚੂੰਕਾਰ ਅਜ਼ਮਾਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕੋਈ ਮਾਨੇ ਜਾਣਾ ਮਾਨੇ ਹੈ ਕੌਲ ਕਲਗੀਆਂ ਵਾਲੇ ਦਾ। ਉਹ ਜਦੋਂ ਸ਼ਾਂਤਮਈ ਗੱਲ ਬਣ ਨਾ ਸਕੇ ਤੇ ਫਿਰ ਤੇਗ ਉਠਾਈ ਜਾਂਦੀ ਆ। ਮਹਾਤਮਾ ਗਾਂਧੀ ਜਿਹਨੂੰ ਲੋਕ ਮਹਾਤਮਾ ਕਹਿੰਦੇ ਆ, ਉਹਨੇ ਕੀ ਆਖਿਆ ਸੀ ਸੀਸਗੰਜ ਸਾਹਿਬ? ਕਹਿਣ ਲੱਗੇ ਬੜਾ ਵੱਡਾ ਇਕੱਠ ਸੀ, ਕਹਿੰਦੇ ਸਿੱਖ ਵੀਰੋ ਦੇਸ਼ ਆਜ਼ਾਦ ਹੋ ਜਾਏਗਾ ਨਾ, ਤੇ ਜਿਵੇਂ ਬਾਕੀਆਂ ਨੂੰ ਹੱਕ ਮਿਲਣਗੇ ਤੁਹਾਨੂੰ ਵੀ ਉਹ ਹੱਕ ਮਿਲਣਗੇ। ਜੇ ਨਾ ਦੇਣਗੇ ਨਾ ਇਹ ਦੇਸ਼ ਚਲਾਉਣ ਵਾਲੇ, ਵੀ ਤੁਹਾਡੇ ਗਾਤਰੇ 3 ਫੁੱਟੀ ਤਲਵਾਰ ਲਟਕਦੀ ਆ, ਗੁਰੂ ਦੀ ਦਿੱਤੀ ਹੋਈ, ਆਪਣੇ ਆਪ ਲੈ ਲਿਓ। ਇਹ ਉਹਨੇ ਕਿਹਾ ਸੀ ਸਿੱਖ ਸਿੱਖ ਵਰਗਾ ਦੁਨੀਆਂ ਦੇ ਉੱਤੇ ਕੋਈ ਕ੍ਰਿਕਟਰ ਤਾਂ ਵਿਖਾਏ? ਕਿਹੜਾ ਨਜ਼ਰੀਆ ਦਿਖਾ ਦਿੱਤਾ ਗਿਆ ਵੀ ਸਿੱਖ ਬਸ ਮਾਰਨ ਕੁੱਟਣ ਵਾਲੇ ਹੀ ਨੇ, ਇਹ ਲੁੱਟ ਕੋ ਸੁੱਟ ਕਰਨ ਵਾਲੇ ਹੀ ਨੇ? ਸਿੱਖਾਂ ਦੇ ਵਿੱਚ ਇਹੋ ਜਿਹਾ ਭਗਤ ਪੂਰਨ ਸਿੰਘ ਸਾਹਿਬ ਸਹਿਜਧਾਰੀਆਂ ਦੇ ਘਰੇ ਪੈਦਾ ਹੋਏ ਸੀ ਨਾ, ਸਿੱਖਾਂ ਵੱਲ ਕਿਉਂ ਆਏ? ਜੇ ਸਿੱਖੀ ਮਾੜੀ ਹੁੰਦੀ ਕਿਹਦਾ ਕਿਹਦਾ ਮੈਂ ਜ਼ਿਕਰ ਕਰਾਂ ਪਿਆਰਿਓ। ਸਿੱਖੀ ਉਹ ਤੂੰ ਕੀ ਜਾਣੇ ਭੋਲਿਆ ਸਿੱਖਾ, ਕਿਸ ਵਸਤੂ ਦਾ ਨਾਂ ਹੈ ਸਿੱਖੀ? ਗਾੜਾ ਖੂਨ ਸ਼ਹੀਦਾਂ ਦਿੱਤਾ, ਚਮਕ ਰਹੀ ਹੈ ਤਾਂ ਹੈ ਸਿੱਖੀ। ਸਤਿਗੁਰ ਤੇਗ ਬਹਾਦਰ ਸਿੱਖੀ, ਪੂਜਿਆ ਗੁਜਰੀ ਮਾਂ ਹੈ ਸਿੱਖੀ। ਉਹ ਬਿਰਲਾ ਹੀ ਕੋਈ ਬਹਿ ਸਕਦਾ ਹੈ, ਤਿੱਖੀਆਂ ਤਲਵਾਰਾਂ ਦੀ ਛਾਂ ਹੈ ਸਿੱਖੀ। ਦੇਗਾ ਭਾਈ ਦਿਆਲੇ ਜੀ ਦਾ, ਮਤੀ ਦਾਸ ਦਾ ਆਰਾ ਸਿੱਖੀ। ਉਹ ਕੇਸਗੜ ਵਿੱਚ ਸਿਰ ਕਟਵਾ ਕੇ ਮਿਲਦੀ ਆ ਸਰਦਾਰਾ ਸਿੱਖੀ। ਸਰਦਾਰ ਕੌਣ ਏ? ਅੱਜ ਤੇ ਹਰ ਕੋਈ ਸਰਦਾਰ ਬਣਦਾ ਨਾ। ਕਰੇ ਜੋ ਫੂਲ ਕੀ ਰਕਸ਼ਾ ਉਸੀ ਕੋ ਖਾਰ ਕਹਤੇ ਹੈ, ਬਦਲ ਡਾਲੇ ਜੋ ਇਨਸਾਨ ਕੋ ਉਸੀ ਕੋ ਪਿਆਰ ਕਹਤੇ ਹੈ। ਭਾਈ ਸਾਹਿਬ ਹਰ ਬਦਲਤੀ ਨਾ ਦੁਨੀਆ, ਜੁਗ ਬਦਲ ਕੇ ਰੱਖਤਾ ਜੁਗ ਪੁਰਸ਼ ਨੇ। ਕਰੇ ਜੋ ਫੂਲ ਕੀ ਰਕਸ਼ਾ ਉਸੀ ਕੋ ਖਾਰ ਕਹਤੇ ਹੈ, ਬਦਲ ਡਾਲੇ ਜੋ ਇਨਸਾਨ ਕੋ ਉਸੀ ਕੋ ਪਿਆਰ ਕਹਤੇ ਹੈ। ਸੁਣੋ ਓ ਦੁਨੀਆ ਵਾਲੋ, ਮੈਂ ਤੁਝੇ ਬੇਤਰ ਕਹਤਾ ਹੂੰ, ਜੋ ਸਰ ਕੋ ਦਾਰ ਪੇ ਰੱਖਦੇ ਉਸੇ ਸਰਦਾਰ ਕਹਤੇ। ਸਤਿਗੁਰੂ ਜੀ ਦੀ ਕਿਰਪਾ ਕੁਰਬਾਨੀ ਵੀ, ਸਿੱਖ ਸੰਤ ਵੀ ਏ। ਜਦੋਂ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਬੈਠਾ ਇਹਦੇ ਨਾਲ ਵੱਡਾ ਸੰਤ ਕਿਹੜਾ? ਤੇ ਜਦੋਂ ਦੇਸ਼ ਤੇ ਕੌਮ ਨੂੰ ਬਿਪਤਾ ਬਣ ਜਾਵੇ ਫਿਰ ਸ਼ਸਤਰ ਚੁੱਕੇ ਭਾਈ ਤਾਰੂ ਸਿੰਘ ਸਾਹਿਬ, ਇਹੋ ਜਿਹੇ ਹੋਣੇ ਚਾਹੀਦੇ ਸਿੱਖ। ਸਿੱਖ ਤੁਰਿਆ ਜਾਂਦਾ ਹੀ ਪ੍ਰਚਾਰਕ ਹੈ, ਮਹਾਰਾਜ ਦੀ ਕਿਰਪਾ। ਖੂਨਦਾਨ ਕੈਂਪ ਲੱਗਣਾ 25 ਨੂੰ, ਪਰ ਆਇਓ ਉਹ ਜਿਹੜੇ ਦਾਨ ਕਰ ਸਕਦੇ ਆ। ਮੈਨੂੰ ਇੱਕ ਗੱਲ ਯਾਦ ਆ ਗਈ, ਭਾਈ ਸਾਹਿਬ ਹੋਰੀ ਜਦੋਂ ਕਰ ਰਹੇ ਸੀ ਨਾ ਬਚਨ, ਉਹ ਕੋਈ ਚਲਿਆ ਗਿਆ ਹੈ ਸੀ ਮਾੜਾ, ਉਹਨੇ ਬੋਤਲ ਕੱਢੀ ਇੱਕ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਨਾ ਉਹਨਾਂ, ਉਹ ਡਾਕਟਰ ਸਾਹਿਬ ਕਹਿੰਦੇ ਵੀ ਇਹ ਤਾਂ ਚੱਲ ਹੀ ਨਾ ਮਾਰ ਜਾ ਕਿਤੇ, ਇਹ ਤਾਂ ਖੂਨ ਪੈ ਜਾਣਾ ਸਿਰ। ਉਹ ਜਿੰਨਾ ਕੁ ਬਾਕੀਆਂ ਦਾ ਕੱਢਿਆ ਹੋਇਆ ਸੀ ਸਾਰਾ ਹੀ ਉਹਨੂੰ ਚੜ੍ਹਾ ਤਾ, 8-10 ਬੋਤਲਾਂ ਉਹਦੇ ਚੜ੍ਹ ਗਈਆਂ ਨਾ। ਅਤੇ ਉੱਠਿਆ ਮੁੜ ਕੇ ਕਹਿੰਦਾ ਜੀ ਮੈਂ ਦੇਸ਼ ਭਗਤ ਹੂੰ, ਦੇਸ਼ ਭਗਤ, ਜੇ ਫਿਰ ਕਿਤੇ ਮੇਰੀ ਲੋੜ ਪਈ ਤਾਂ ਫਿਰ ਸੱਦ ਲਿਓ। ਉਹ ਕਹਿੰਦੇ ਗੱਲ ਸੁਣੋ ਭਰਾਵਾ, ਗਾਂ ਨਾ ਆਈ, ਤੇਰੇ ਵਰਗਿਆਂ ਦੀ ਲੋੜ ਨਹੀਂ ਸਾਨੂੰ, ਜਿਹਦੇ ਵਿੱਚ ਖੂਨ ਹੈਗਾ ਕਢਾਇਓ ਉਹੀ, ਇਹ ਨਾ ਹੋਵੇ ਨਾ ਮੁੜ ਕੇ ਜਿਹੜਾ ਕੱਢਿਆ ਉਹ ਵੀ ਤੁਹਾਨੂੰ ਹੀ ਚੜਾਉਣਾ ਪੈ ਜਾਏ। ਚੰਗੀ ਗੱਲ, ਖੂਨ ਦਾਨ ਕਰਨਾ ਚਾਹੀਦਾ, ਸਤਿਗੁਰੂ ਦੀ ਕਿਰਪਾ ਰਹਿਮਤ ਏ। ਉਹ ਡਾਕਟਰ ਵੀ ਕਹਿੰਦੇ ਨਾ ਖੂਨ ਕਢਾ ਲਓ ਨਾ, ਅਤੇ ਮੁੜ ਕੇ ਉਹ ਕ੍ਰਿਸਟਲ ਹਾਈ ਹੋ ਜਾਂਦਾ। ਇੱਕ ਹੋਰ ਵੀ ਹੈਗੀ ਆ ਗੱਲ, ਵੀਰ ਰਸ ਜਿਹਦਾ ਬਣਿਆ ਰਹੇ ਉਹਦਾ ਕ੍ਰਿਸਟਲ ਕ੍ਰੁਸਟਲ ਨਹੀਂ ਆਈ ਹੁੰਦਾ। ਉਹ ਅਸੀਂ ਨਾ ਉਹ ਸਤਿਗੁਰੂ ਨੇ ਕਿਰਪਾ ਕੀਤੀ, ਮਹਾਰਾਜ ਨੇ ਕਿਰਪਾ ਕੀਤੀ, 10ਵੇਂ ਮਹਾਰਾਜ ਨੇ ਬਾਣੀ ਉਚਾਰੀ ਔਰ ਕਿਹਾ ਕਿ ਮਹਾਰਾਜ ਕਹਿੰਦੇ 10ਮ ਕਥਾ ਭਗਾਉਤ ਕੀ ਪਾਖਿਆ ਕਰੀ ਬਣਾਏ ਅਬਰ ਬਾਸਨਾ ਨਾਹੇ ਜੇ। ਕਹਿੰਦੇ ਹੋਰ ਕੋਈ ਬਾਸਨਾ ਨਹੀਂ ਸਾਨੂੰ, ਹੋਰ ਕੋਈ ਦਿਲ ਦੇ ਵਿੱਚ ਇੱਛਾ ਨਹੀਂ, ਬਸ ਇੱਕੋ ਹੀ ਇਹ ਧਰਮ ਯੁੱਧ ਕੇ ਚਾਏ। ਉਹ ਧਰਮ ਯੁੱਧ ਵੀਰ ਰਸ ਪ੍ਰਗਟ ਕਰਨ ਲਈ ਬਾਣੀ ਉਚਾਰੀ, ਅਸੀਂ ਉਹ ਬਾਣੀ ਵੀ ਛੱਡ ਗਏ। ਉਹ ਬਾਣੀ ਦੇ ਉੱਤੇ ਕਿੰਤੂ ਪਰੰਤੂ ਕਰ ਦਿੱਤਾ। ਉਹ ਮਹਾਰਾਜ ਦੀ ਏਡੀ ਕਿਰਪਾ ਪਿਆਰੋ, ਜੇ ਚਰਿੱਤਰਾਂ ਦੀ ਗੱਲ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਹਦੇ ਨਾਲ ਮੇਲ ਖਾਂਦੀ ਬਾਣੀ ਹੈਗੀ ਆ, ਮੇਰੀ ਗੱਲ ਨੂੰ ਗਲਤ ਨਾ ਲੈ ਜਾਇਓ, ਹੈਗੀ ਇਹ ਬਾਣੀ। ਚਰਿੱਤਰਾਂ ਦੀ ਗੱਲ ਕਰਦੇ ਹੋ ਨਾ, ਰੋਜ਼ ਆਸਾ ਜੀ ਦੀ ਵਾਰ ਦੇ ਵਿੱਚ ਕੀਰਤਨ ਕਰਦੇ ਹਾਂ। ਮਹਾਰਾਜ ਕਹਿੰਦੇ ਜੋ ਜਮੈਂ ਜੋਰ ਛਲੀ ਚੰਦਰਾਵਲ,
ਹੁਣ ਚੰਦਰਾਵਲ ਕੌਣ ਸੀ ਅਤੇ ਛਲੀ ਕਿੱਦਾਂ? ਕ੍ਰਿਸ਼ਨ ਜੀ ਨੇ ਸਜਾ, ਉਹ ਛਲੀ ਕਿਵੇਂ ਛਲੀ ਗਈ? ਉਹਦੇ ਮਗਰ ਸਾਖੀ ਕਿਹੜੀ ਹੈ? ਉਹ ਚਰਿੱਤਰ ਨਹੀਂ? ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੌਤਮ ਤਪਾ ਅਹਿਲਿਆ ਇਸਤਰੀ ਅਤੇ ਸਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭੱਗ ਹੋਏ ਤਾਂ ਮਨ ਪਛੋਤਾਇਆ। ਉਹਦੇ ਸਰੀਰ ਦੇ ਉੱਤੇ ਚਿਹਨ ਭੱਗ ਹੋ ਗਏ, ਉਹਦੇ ਅਰਥ ਕੀ ਕਰਨਗੇ? ਕੀ ਅਰਥ ਬਣਦੇ? ਕਾਮੀ ਪੁਰਖ ਕਾਮਨੀ ਪਿਆਰੀ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ। ਇਹ ਗਏ, ਇਹ ਤਾਂ ਥੋੜ੍ਹੀ ਜਿਹੀਆਂ ਦ੍ਰਿਸ਼ਟਾਂਤ ਮਾਤਰ ਪੰਗਤੀਆਂ ਬੋਲੀਆਂ। ਉਹ ਕਲਗੀਆਂ ਵਾਲੇ ਨੇ ਵੱਡੀ ਕਿਰਪਾ ਕੀਤੀ ਕਿ ਮੇਰਾ ਸਿੱਖ ਕਿਤੇ ਉਹ ਜਿਹੜੇ ਰਸਤੇ ਨਾ ਪੈ ਜਾਏ। ਪ੍ਰਿੰਸੀਪਲ ਸਤਵੀਰ ਸਿੰਘ ਜੀ, ਪਿਆਰਾ ਸਿੰਘ ਜੀ, ਪਦਮ ਵਰਗੇ, ਉਹਨਾਂ ਦਸਵੇਂ ਮਹਾਰਾਜ ਦੀ ਬਾਣੀ ਦੀ ਪ੍ਰੋੜਤਾ ਕੀਤੀ, ਪੜ੍ਹਨ ਲਈ ਆਖਿਆ। ਕਹਿੰਦੇ ਸੁਣੋ, ਡਾਕਟਰ ਨਾ ਕਿਸੇ ਦੇ ਜ਼ਖਮ ਹੋ ਜਾਏ ਮਰਹਮ ਦਿੰਦਾ। ਉਹ ਜਿਹੜੀ ਮੱਲਮ ਹੁੰਦੀ ਹੈ ਉਹ ਜ਼ਖਮਾਂ ਉੱਤੇ ਲਾਉਣ ਵਾਸਤੇ ਹੁੰਦੀ, ਖਾਣ ਵਾਸਤੇ ਨਹੀਂ ਹੁੰਦੀ। ਇਹ ਲੋਕ ਅਗਿਆਨੀ, ਨਾ ਪੜ੍ਹੀ ਨਾ ਵਿਚਾਰੀ, ਉਸ ਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਨ ਲਈ ਤੁਲ ਗਏ। ਪਰ ਆ ਤੱਕਾ ਜਰਾ, ਜਿਹੜੇ ਮਰਦਾਂ ਨੇ ਪੜ੍ਹੀ ਨਾ, ਖੰਡੇ ਉਹਨਾਂ ਹੀ ਖੜਕਾਏ। ਬਾਬਾ ਦੀਪ ਸਿੰਘ ਜੀ, ਜਿਹਨਾਂ ਦਾ ਮੈਂ ਛੰਦ ਕਹਿਣ ਲੱਗਾ, ਬਾਬਾ ਦੀਪ ਸਿੰਘ ਜੀ ਖੰਡਾ ਖੜਕਾਇਆ ਨਾ, ਅਤੇ ਉਹ ਖੰਡਾ ਐਵੇਂ ਨਹੀਂ ਖੜਕ ਗਿਆ। ਅੱਜ ਵੀ ਦਮਦਮਾ ਸਾਹਿਬ ਚਲੇ ਜਾਇਓ, ਏਡਾ ਵੱਡਾ ਬਾਬਾ ਜੀ ਦੇ ਹੱਥਾਂ ਦਾ ਲਿਖਿਆ, ਦਸਵੇਂ ਮਹਾਰਾਜ ਦਾ ਸਰੂਪ ਹੈ, ਸਾਰੀ ਦਸਵੇਂ ਮਹਾਰਾਜ ਦੀ ਬਾਣੀ ਹੈ ਉਹਦੇ ਵਿੱਚ। ਅਤੇ ਜਦੋਂ ਬਾਬਾ ਜੀ ਸਿੰਘਾਂ ਨੂੰ ਲੈ ਕੇ ਚੜ੍ਹੇ ਸੀ, ਅਤੇ ਉਦੋਂ ਦਸਵੇਂ ਮਹਾਰਾਜ ਦੀ ਬਾਣੀ ਦਾ ਸਿਮਰਨ ਹੀ ਕਰਦੇ ਆਏ ਸੀ, ਉਦੋਂ ਇਹ ਹੀ ਪੜਿਆ ਸੀ, ਖੱਕ ਖੰਡ ਬਿਹੰਡੰ ਖਲਦਲ ਖੰਡੰ ਨਤਰਨ ਮੰਡੰ ਬਰਬੰਡੰ ਪੁਸ਼ਦੰਡ ਖੰਡੰ ਤੇਜ ਪ੍ਰਚੰਡੰ ਯੋਤਾ ਮੰਡੰ ਭਾਨ ਪ੍ਰਭੰ ਸੁਖ ਸੰਤੰ ਕਰਨੰ ਦੁਰਮਤ ਦਰਨੰ ਕਿਲ ਵਿਖਾਰਨੰ ਅਸ ਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇ ਗੰ ਸ੍ਰੀ ਜੈ ਤੇ ਗੰ। ਇਹ ਸਾਨੂੰ ਵੀ ਪੁੱਛਦੇ ਆ, ਕਹਿੰਦੇ ਜੀ ਕੀ ਛਕਦੇ ਹੁੰਦੇ ਹੋ ਤੁਸੀਂ, ਬੜਾ ਜ਼ੋਰ ਨਾਲ ਬੋਲਦੇ ਹੋ। ਅਤੇ ਮੈਂ ਇੱਕੋ ਹੀ ਗੱਲ ਕਹਿੰਦੇ ਹੋ ਨਾ, ਵੀ ਅਸੀਂ ਪੜ੍ਹਤਾ ਹੁੰਦੀ ਨਹੀਂ ਸਾਡੇ ਕੋਲੋਂ ਮਹਾਰਾਜ ਦੀ ਬਾਣੀ, ਪਰ ਉਹ ਬਾਣੀ ਦਾ ਜਸ ਹੀ ਕਰਦੇ ਹਾਂ, ਉਹਦੇ ਵਿੱਚੋਂ ਸਾਨੂੰ ਏਡੀ ਵੱਡੀ ਤਾਕਤ ਮਿਲ ਜਾਂਦੀ ਆ। ਵਾਹਿਗੁਰੂ, ਉਹ ਬਾਣੀ ਦਾ ਜਸ ਕਰਨ ਵਾਲੇ ਨੂੰ ਇਹ ਤਾਕਤ ਮਿਲ ਸਕਦੀ ਆ, ਅਤੇ ਪੜ੍ਹਨ ਵਾਲੇ ਨੂੰ ਕੀ ਨਹੀਂ ਮਿਲੇਗਾ? ਲਓ ਪਿਆਰਿਓ, ਇਹ ਮਾਝੇ ਦੀ ਧਰਤੀ, ਜਿਸ ਧਰਤੀ 'ਤੇ ਸੱਚਖੰਡ ਹਰਿਮੰਦਰ ਸਾਹਿਬ ਜੀ ਪ੍ਰਗਟ ਹੋਏ, ਜਿਸ ਧਰਤੀ 'ਤੇ ਬਾਬਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਵਰਗੇ ਮਰਦ ਪੈਦਾ ਹੋਏ, ਜਿਹਨਾਂ ਦੇ ਸਮੇਂ ਦੀਆਂ ਸਰਕਾਰਾਂ ਉਂਗਲਾਂ 'ਤੇ ਨਚਾਈਆਂ ਉਂਗਲਾਂ 'ਤੇ। ਭਾਈ ਸਾਹਿਬ ਹੋਰਾਂ ਨੂੰ ਵਧਾਈਆਂ ਦੇਦੇ ਹਾਂ, ਸ਼੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ ਹੋਰਾਂ ਵੱਲੋਂ, ਡਲ ਪੰਥ ਬਾਬਾ ਬਿਧੀ ਚੰਦ ਸਾਹਿਬ, ਉੱਥੋਂ ਆਏ ਅਸੀਂ ਭਿੱਖੀ ਪਿੰਡ ਦੀਵਾਨ ਸੀ, ਅੱਧਾ ਕੁ ਘੰਟਾ ਹੀ ਹਾਜ਼ਰੀ ਭਰ ਸਕੇ। ਉੱਥੇ ਬਾਬਾ ਗੁਰਬਚਨ ਸਿੰਘ ਸਾਹਿਬ ਜੀ, ਬਾਬਾ ਦਇਆ ਸਿੰਘ ਜੀ ਦੇ ਨੂਰੇ ਨਜ਼ਰ ਨਾਲ ਸਨ ਸਾਡੇ, ਉਹਨਾਂ ਬਹੁਤ ਵੱਡੀਆਂ ਵਧਾਈਆਂ ਭੇਜੀਆਂ। ਉਹਨਾਂ ਦੇ ਸ਼ਬਦ ਨੇ ਵੀ ਭਾਈ ਸਾਹਿਬ ਜੀ ਬਹੁਤ ਵੱਡਾ ਕੰਮ ਕਰ ਰਹੇ ਨੇ, ਭਾਈ ਸਾਹਿਬ ਜੀ ਬਹੁਤ ਵੱਡਾ, ਇਹੋ ਜਿਹਾ ਬ੍ਰਹਮ ਗਿਆਨੀ ਮਹਾਂਪੁਰਖਾਂ ਦੀਆਂ ਅਸੀਸਾਂ ਮਿਲ ਜਾਣੀਆਂ, ਇਹ ਹਰ ਕਾਰੀ ਸਾਰੀ ਦੇ ਹਿੱਸੇ ਨਹੀਂ ਆਈਆਂ। ਸੰਤ ਬਾਬਾ ਹਰਭਜਨ ਸਿੰਘ ਜੀ ਮਿਰਜ਼ਾਪੁਰ ਵਾਲੇ, ਪਟਿਆਲੇ ਵਾਲੇ, ਉਹਨਾਂ ਵੱਲੋਂ ਵੀ ਵਧਾਈਆਂ। ਔਰ ਪਿਆਰਿਓ, ਸਤਿਕਾਰਯੋਗ ਗੋਬਿੰਦਪੁਰੀ ਸਾਡੇ ਵੀਰ ਕੁਲਵੀਰ ਸਿੰਘ ਜੀ, ਉਹ ਵੀ ਬੈਠੇ ਸੁਣ ਰਹੇ, ਕੁਲਦੀਪ ਸਿੰਘ ਜੀ ਖਡਿਆਲਾ ਸੈਣੀਆਂ, ਮੈਂ ਸਾਰਿਆਂ ਦਾ ਜ਼ਿਕਰ ਕਰਨ ਲੱਗਾ, ਗੱਲ ਲੰਬੀ ਹੋ ਜਾਊ। ਲਓ ਜੀ, ਇਹ ਮਾਝੇ ਦੀ ਧਰਤੀ, ਜਿਹੜੀ ਧਰਤੀ ਉੱਤੇ ਭਾਈ ਤਾਰੂ ਸਿੰਘ ਵਰਗੇ, ਬਾਬਾ ਤਾਰਾ ਸਿੰਘ ਵਰਗੇ ਸੰਤ, ਵਾਂ ਪਿੰਡ ਵਾਲੇ, ਪੂਲੇ ਪਿੰਡ ਵਾਲੇ ਜਿੱਥੇ ਪ੍ਰਗਟ ਹੋਏ, ਅਤੇ ਬਾਬਾ ਦੀਪ ਸਿੰਘ ਵੀ ਮਾਝੇ ਦੀ ਧਰਤੀ ਉੱਤੇ ਪ੍ਰਗਟ ਹੋਏ, ਉਹਨਾਂ ਦੇ ਪਿਆਰ ਦੇ ਵਿੱਚ ਇੱਕ ਨਗਮਾ ਲਿਖਿਆ ਬਾਬਾ ਜੀ ਦੇ ਪ੍ਰਗਟ ਦਿਹਾੜੇ 'ਤੇ। ਅੱਜ ਦੇ ਇਸ ਮਹਾਨ ਸਮਾਗਮ ਦੇ ਵਿੱਚ ਉਹ ਛੰਦ ਕਹਿਣ ਲੱਗੇ ਆ, ਉਹ ਕਿਹੜਾ ਜੀ? ਮਾਝੇ ਦੀ ਧਰਤੀ 'ਤੇ ਅਰਸ਼ੋਂ ਆਈ ਜੋਤ ਅਕਾਲੀ, ਅਰਸ਼ੋਂ। ਇਹ ਗੱਲ ਦਾ ਖਿਆਲ ਰੱਖਣਾ, ਜਦੋਂ ਕੋਈ ਵੱਡੀ ਹਸਤੀ ਆਉਂਦੀ ਨਾ, ਦੁਨਿਆਵੀ ਮਿਸਾਲ ਦੇ ਦਿਆਂ, ਪ੍ਰਾਈਮ ਮਿਨਿਸਟਰ ਨੇ ਅੰਮ੍ਰਿਤਸਰ ਸਾਹਿਬ ਆਉਣਾ ਹੋਵੇ ਨਾ, ਅਤੇ ਪੰਜਾਬ ਦੇ ਚੀਫ ਮਿਨਿਸਟਰ ਦੂਜਿਆਂ ਤੀਜਿਆਂ ਨੂੰ ਦੱਸਣਾ ਨਹੀਂ ਪੈਂਦਾ, ਪਹਿਲਾਂ ਹੀ ਆ ਕੇ ਬੈਠੇ ਹੁੰਦੇ ਆ। ਇੱਦਾਂ ਹੀ ਜਦੋਂ ਸਾਡੇ ਸਤਿਗੁਰੂ ਇਸ ਧਰਤੀ 'ਤੇ ਪ੍ਰਗਟ ਹੋਣ ਲਈ ਆ ਰਹੇ ਸੀ ਨਾ, ਸਤਿਗੁਰਾਂ ਦੇ ਨਾਲ ਵੱਡੀਆਂ ਹਸਤੀਆਂ ਆਈਆਂ, ਇੱਕ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਬਚਨ ਨੇ ਪਿਆਰ ਅੰਦਰ ਆਏ ਹੋਏ ਸੀ, ਕਹਿ ਦਿੱਤਾ। ਕਹਿੰਦੇ ਪਿਆਰਿਓ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ 'ਚ ਬਹਿ ਕੇ ਹੇਮਕੁੰਡ ਤਪ ਕੀਤਾ ਸੀ, ਬਾਬਾ ਦੀਪ ਸਿੰਘ ਜੀ ਵੀ ਕੋਲੇ ਹੀ ਬੈਠੇ ਸੀ। ਐਵੇਂ ਨਹੀਂ ਏਡੀ ਵੱਡੀ, ਐਵੇਂ ਨਹੀਂ ਏਡੀ ਵੱਡੀ ਪਦਵੀ ਮਿਲ ਗਈ, ਐਵੇਂ ਨਹੀਂ ਲੱਖਾਂ ਲੋਕ ਇੱਥੇ ਨਮਸਕਾਰਾਂ ਕਰਦੇ, ਉਹਨਾਂ ਦਾ ਵੀ ਤਪ
ਲਓ ਉਹਨਾਂ ਦੇ ਪਿਆਰ ਦੇ ਵਿੱਚ ਅੱਜ ਮਾਤਾ ਜਿਉਣ ਕੌਰ ਦਾ ਧੰਨਵਾਦ ਕਰੀਏ। ਮਾਂ ਤੇ ਮਾਂ ਵਾਲੀ ਪੁੱਤ ਆਪਣੀ ਕੁੱਖ ਤੋਂ ਪ੍ਰਗਟ ਕੀਤਾ। ਧੰਨ ਬਾਬਾ ਭਗਤ ਸਿੰਘ ਜੀ, ਤੁਸੀਂ ਭਗਤੀ ਕਰਕੇ ਪਰਮੇਸ਼ਰ ਤੋਂ ਮਹਾਨ ਸੰਤ ਵੀ ਸਿਪਾਹੀ ਵੀ ਭਗਤੀ ਸ਼ਕਤੀ ਦਾ ਸੁਮੇਲ ਖੰਡੇ ਦੇ ਨਾਲ ਸਰੰਦਰ ਰਹਿ ਕੇ ਕੀਰਤਨ ਕਰਨ ਵਾਲਾ ਬਾਬਾ ਦੀਪ ਸਿੰਘ ਸਾਹਿਬ ਪੰਥ ਨੂੰ ਬਖਸ਼ਿਆ, ਤੁਹਾਡਾ ਧੰਨਵਾਦ। ਆਓ ਉਹਨਾਂ ਨੂੰ ਸਾਰੇ ਰਲ ਕੇ ਵਧਾਈਆਂ ਦਿਓ।